ਮੈਨੂੰ ਤਾਂ ਬਹੁਤ ਖੁਸ਼ੀ ਹੈ ਜੀ, ਉਹਨਾਂ ਨੂੰ ਵਧਾਈਆਂ ਦਿੰਦੇ ਹਾਂ, ਖਾਣ ਪੀਣ ਅੱਜ ਹੀ ਕਰ ਲੈਣੇ ਵਾਂ, ਪੱਤਾ ਪੁੱਤਾ ਜਾਂ ਪੀ ਲੈਂਦੇ, ਠੰਡੇ ਹੋ ਜਾਵਾਂਗੇ ਕੁਛ ਨਾ ਕੁਛ, ਤੜਕੇ ਕੁਛ ਨਾ ਕੁਛ ਫਿਰ ਪੈਗ ਪੁੱਗ ਜਿਹਾ ਲਾ ਲਾਂਗੇ ਹੱਥਰੇ 'ਚ ਕੋਈ। ਬਹੁਤ ਮਾਤਾ ਨੂੰ ਮਿਲੇ ਤੀ ਜੀ, ਕੱਲ੍ਹ ਵੀ ਪਰਸੋਂ ਇੱਥੇ ਗਈ ਹੈ, ਕੱਲ੍ਹ ਹੀ ਹੋਈ ਆ ਉੱਥੋਂ, ਪੂਰੀ ਲੰਘੀ ਆ ਪਰਸੋਂ, ਉਹ ਖੰਭਾ ਵੀ ਲਵਾਇਆ ਬਾਹਰ 'ਚ, ਮੈਂ ਉਹ ਫਿਰ ਬੁਲਾਉਂਦਾ ਜਿਹਾ ਬਸ ਲੰਘਦਾ ਜਾਂ ਸੰਗਦਾ ਜਾਂ ਬਸ ਸਿੱਧੀ ਲੰਘ ਜਾਣਾ ਹੈ। ਰੌਣਕ ਆਊਗੀ ਪਿੰਡ ਦੇ ਵਿੱਚ? ਹਾਂ ਪੂਰੀ ਬਹੁਤ ਵਧੀਆ ਜੀ, ਪੂਰੀ ਰੌਣਕ ਸਿਰੇ ਦੀ, ਵਿਚਾਰਾ ਕਿੰਨੀ ਉਮਰ ਹੈ ਉਹਦੀ ਕਿਵੇਂ ਕੱਟੂਗਾ ਜੇ ਆਪਾਂ ਸੋਚੀਏ। ਪਰਮਾਤਮਾ ਨੇ ਬਹੁਤ ਵਧੀਆ ਕਰਿਆ, ਜਿਹੜਾ ਨਾ ਉਰੇ ਮੰਤਰੀ ਬਣ ਗਿਆ, ਨਾ ਇੱਥੇ ਵਿਆਹ ਹੋ ਜੂਗਾ, ਉਹਦਾ ਮੌਕਾ ਮਾਰਨ ਬੋਲੇ ਬੰਦੇ। ਸਿੰਘ ਜੀ ਕੱਲ੍ਹ ਨੂੰ ਮੁੱਖ ਮੰਤਰੀ ਜੀ ਵਿਆਹ ਲੱਗ ਰਿਹਾ? ਠੀਕ ਹੈ ਵਧੀਆ, ਗੁਰਪ੍ਰੀਤ ਨਾਲ ਹੈ ਠੀਕ ਹੈ। ਕੋਈ ਗੱਲਬਾਤ ਹੋਈ ਸੀਗੀ? ਹੈ ਕੋਈ ਗੱਲਬਾਤ? ਮੈਂ ਦੇਖ ਵੀ ਆਇਆ ਫੋਟੋ। ਫੋਟੋ ਦੇਖਿਆ? ਹਾਂ। ਅੱਛਾ ਕਿਹੜੀ ਖੁਸ਼ੀ ਆ? ਹਾਂ ਜੀ ਖੁਸ਼ੀ ਕਿੰਨੀ ਹੈ? ਬਾਹਲੀ ਖੁਸ਼ੀ ਹੈ, ਵਧੀਆ। ਮਾਤਾ ਨੂੰ ਵਧਾਈਆਂ ਦਿੱਤੀਆਂ ਉਹਨਾਂ ਨੂੰ? ਹਾਂ ਮਾਤਾ ਜੀ ਜਾਵਾਂਗੇ ਫੇਰ। ਇਹ ਹੋ ਰਿਹਾ ਆਊਗੀ ਫੇਰ ਵਧਾਈਆਂ ਦੇ ਮੇਰੀ ਜੀ, ਮੈਂ ਉਹਨੂੰ ਕਹਾਂਗੀ ਖਵਾਓ। ਬਹੁਤ ਖੁਸ਼ੀ ਆ, ਵਧੀਆ। ਕੋਈ ਪਹਿਲਾਂ ਗੱਲਬਾਤ ਚੱਲਦੀ ਹੋਵੇ, ਕੋਈ ਪਤਾ ਲੱਗ ਰਹੀ ਲੱਗਿਆ ਸੀ ਕਦੇ? ਨਾ ਪਹਿਲਾਂ ਜਮਾਂ ਪਤਾ ਲੱਗਿਆ, ਹੁਣ ਹੀ ਲੱਗਿਆ। ਹੁਣ ਪੂਰੀ ਖੁਸ਼ੀ ਆ? ਹਾਂ ਪੂਰੀ। ਕੀ ਨਾਮ ਹੈ ਬਾਈ? ਨੈਬ ਸਿੰਘ। ਕੀ ਲੱਗਦੇ ਸੀ ਭਗਵਾਨ ਨੇ? ਚਾਚਾ ਲੱਗਦੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਕੱਲ ਮੁੱਖ ਮੰਤਰੀ ਵਿਆਹ ਕਰਾਉਣ ਜਾ ਰਹੇ ਨੇ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਪਹਿਲਾਂ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ, ਹੁਣ ਮੁੱਖ ਮੰਤਰੀ, ਹੁਣ ਵਿਆਹ ਕਰਾਉਣ ਜਾ ਰਹੇ ਆ, ਰੌਣਕਾਂ ਕਿੰਨੀਆਂ ਕਿ ਨਹੀਂ, ਕਿਵੇਂ ਖੁਸ਼ੀ ਮਨਾਓਗੇ? ਬਹੁਤ ਖੁਸ਼ੀ ਹੈ ਜੀ, ਖੁਸ਼ੀ ਹੈ ਸਾਨੂੰ ਤਾਂ, ਚੇਰੀ ਕਿਤੇ ਆਈ ਨਹੀਂ, ਤੁਹਾਡੇ ਦੇਖੀ ਵੀ ਨਹੀਂ ਤਾਂ, ਵਿਆਹ ਵੇਲੇ ਗਏ ਤੇ ਪਟਿਆਲੇ ਪਹਿਲਾਂ, ਹੁਣ ਤਾਂ ਦੇਖੀ। ਹੋਰ ਕੋਈ ਪੁਰਾਣੀਆਂ ਯਾਦਾਂ ਦੱਸ ਦਿਓ? ਨਾ। ਕੀ ਨਾਮ ਹੈ ਜੀ? ਗੁਰਜੰਟ ਹੈ ਜੀ। ਗੁਰਜੰਟ ਕੀ ਕਹਿਣਾ ਚਾਹੁੰਦੇ ਹੋ ਕੱਲ ਮੁੱਖ ਮੰਤਰੀ ਵਿਆਹ ਕਰਾਉਣ? ਸਾਨੂੰ ਵਿਆਹ ਦੀ ਬਹੁਤ ਖੁਸ਼ੀ ਹੈ, ਜਿੰਨੀ ਕਹਿੰਦੀ ਉਨੀ ਖੁਸ਼ੀ ਹੈ, ਸਾਰੇ ਨਗਰ ਨੂੰ ਖੁਸ਼ੀ ਹੈ, ਭੈਣ ਭਾਈਆਂ ਨੂੰ, ਕਿਉਂ ਪਰਿਵਾਰ ਭਾਈ ਦੇਲੀ ਵਧੇ ਅਗਲੇ ਦੇ, ਸਾਰਾ ਕੁਛ ਵਧੀਆ। ਬਾਕੀ ਪਹਿਲਾਂ ਇਹਨੇ ਮਿੱਠੀਆਂ ਮਿਰਚਾਂ ਚਲਾਈਆਂ, ਇਹਨੇ ਗੀਤ ਗਾਏ, ਉਦੋਂ ਬਹੁਤ ਵਧੀਆ ਤਰੱਕੀ ਪਾਈ, ਸਾਡੇ ਪਿੰਡ ਦਾ ਨਾਂ ਰੋਸ਼ਨ ਕਰਿਆ, ਇਹਨੇ ਬਾਹਰ ਵੀ ਬਹੁਤ ਉਹ ਕਰਿਆ, ਬਹੁਤ ਕੰਮ ਕਰਦਾ ਰਿਹਾ, ਪੜ੍ਹਾਈ ਵੀ ਕਰਦਾ ਰਿਹਾ। ਇੱਥੇ ਜਦੋਂ ਇਹ ਪੜ੍ਹਦਾ ਹੁੰਦਾ, ਇੱਕ ਬਲਦੇਵ ਹੁੰਦਾ ਗਵਾਂਢੀ ਇਹਨਾਂ ਦਾ, ਮਾਏ ਪਰਾਂ ਤੋਂ ਆਉਂਦਾ ਹੁੰਦਾ, ਇਹ ਉੱਥੇ ਫਿਰ ਐਂ ਧਰਤੀ ਦੇ ਦੱਸਣ ਲੱਗ ਜਾਂਦਾ ਵੀ ਆਹ ਪੰਜਾਬ ਆ ਗਿਆ, ਹਰਿਆਣਾ ਆ ਗਿਆ, ਇੰਨੀ ਯੂਪੀ ਵੱਡੀ ਹੈ, ਐਂ ਸਾਰੇ ਜਦੋਂ ਪੜ੍ਹਾਈ ਕਰਦਾ ਐਂ ਦੱਸਦਾ ਰਹਿੰਦਾ ਉਹਨੂੰ ਬਲਦੇਵ ਨੂੰ, ਕਹਿੰਦਾ ਦੇਖਦਾ ਆ ਐਂ ਘਰ, ਹੈਂ ਆਪਣਾ ਪੰਜਾਬ ਨਿਗਾਹ ਜਾਏ, ਐਂ ਸਾਰੀਆਂ ਗੱਲਾਂ ਕਰੀ ਜਾਂਦਾ ਰਹਿੰਦਾ, ਉਹ ਸਿਆਰ ਬਹੁਤ ਦੀ ਪੜ੍ਹਾਈ 'ਚ ਪਹਿਲਾਂ ਤੋਂ ਨਿਗਾਹ ਹੁੰਦਾ ਹੀ ਆ। ਹੁਣ ਮੁੱਖ ਮੰਤਰੀ ਨੇ ਪੂਰਾ ਪੰਜਾਬ ਸੰਭਾਲ ਰਹੇ ਨੇ, ਸਾਰਾ ਪੰਜਾਬ ਵਧੀਆ ਸਾਹਮਣੇ ਜੀ, ਬਹੁਤ ਕੁਛ ਕਰੇ, ਜਿਹੜੇ ਵਾਅਦੇ ਨੇ ਉਹ ਵੀ ਪੂਰੇ ਕਰੂ, ਸਾਰਾ ਕੁਛ ਕਰੂਗਾ ਜੀ, ਜਿੰਨੀ ਜੋ ਗੱਲ ਕਰੀ ਉਹਨੀ ਪੂਰ ਕਰਦੇ। ਮਾਤਾ ਨੂੰ ਵਧਾਈਆਂ ਦਿੱਤੀਆਂ? ਮਾਤਾ ਨੂੰ ਵਧਾਈਆਂ ਨੇ, ਉਰੇ ਆਇਆਂ ਨੂੰ ਫੇਰ ਦੇਵਾਂਗੇ ਵਧਾਈਆਂ ਜੀ। ਮੁੱਖ ਮੰਤਰੀ ਦਾ ਵਿਆਹ ਹੋਣ ਜਾ ਰਿਹਾ, ਪਿੰਡ 'ਚ ਕਿੰਨੀ ਕੁ ਖੁਸ਼ੀ ਹੈਗੀ? ਖੁਸ਼ੀ ਹੈ ਜੀ, ਪਿੰਡ 'ਚ ਬਹੁਤ ਵਧੀਆ ਖੁਸ਼ੀ ਹੈ, ਸਾਰੇ ਪਿੰਡ ਨੂੰ ਵਧੀਆ ਖੁਸ਼ੀ ਮਨਾਉਂਦੇ। ਕੀ ਕਹਿਣਾ ਚਾਹੋਗੇ ਜਦੋਂ ਮਾਨ ਸਾਹਿਬ ਉਰੇ ਆਉਂਦੇ ਸੀ ਪਿੰਡ ਦੇ ਵਿੱਚ, ਖੁਸ਼ੀ ਮਨਾਉਂਦੇ ਸੀਗੇ ਜਾਂ ਲੋਕਾਂ ਨੂੰ ਮਿਲਦੇ ਸੀ, ਕਿਸ ਤਰ੍ਹਾਂ ਲੱਗਦਾ ਸੀ ਉਦੋਂ? ਮਿਲਦੇ ਤੇ ਜੀ ਸਾਰੇ ਮਿਲ ਕੇ ਜਾਂਦੇ ਸੀ ਸਾਰੇ ਪਿੰਡ 'ਚ। ਮਾਤਾ ਉਹਦੇ ਉਰੇ ਰਹਿੰਦੇ ਨੇ? ਉਰੀ ਰਹਿੰਦੀ ਸੀ ਮਾਤਾ, ਹੁਣ ਤਾਂ ਕਿਤੇ ਕਿਤੇ ਵਗ ਜਾਂਦੇ ਨੇ, ਹੁਣ ਫਿਰ ਨਾਲ ਆਪਦਾ ਵੱਧ ਜਾਂਦਾ ਨਾ, ਉਹਦਾ ਕਰਕੇ ਫਿਰ ਜਾਣਾ ਪੈਂਦਾ ਇਹਨਾਂ ਨੂੰ। ਨੂੰਹ ਆ ਰਹੀ ਹੈ ਪਿੰਡ 'ਚ? ਹਾਂਜੀ ਪਿੰਡ 'ਚ ਨੂੰਹ ਆ ਰਹੀ ਹੈ। ਹਾਂ ਨੂੰਹ ਆ ਰਹੀ ਹੈ, ਉੱਧਰ ਵੀ ਖੁਸ਼ੀ ਹੈ ਸਮਾਂ। ਵਧਾਈਆਂ ਦਿੰਦੇ ਤੁਸੀਂ ਉਹਨੂੰ? ਹਾਂ ਜੀ ਹਾਂ ਵਧਾਈਆਂ ਦਿੰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਗਗਨ ਸਤੋਜ ਦਾ, ਗਵਾਂਢੀ ਹੈ ਭਗਵੰਤ ਮਾਨ ਦਾ ਸਪੈਸ਼ਲ, ਅਤੇ ਮੈਂ ਬਹੁਤ ਖੁਸ਼ੀ ਮੰਨਦਾ ਯਾਰ ਭਗਵੰਤ ਦੀ ਵੀ ਹਾਂ ਵਿਆਹ ਕਰਾ ਰਹੇ ਨੇ ਉਹ, ਅਤੇ ਬਹੁਤ ਚਿਰ ਤੋਂ ਉਹ ਇਕੱਲੇ ਰਹਿ ਰਹੇ, ਉਹਦੇ ਮਾਤਾ ਇਕੱਲੇ ਰਹਿ ਰਹੇ ਨੇ, ਉਹਦੇ ਲਈ ਮੈਂ ਬਹੁਤ ਖੁਸ਼ੀ ਮੰਨਦਾ ਗਾ, ਵਧਾਈ ਦਿੰਦਾ ਉਹਨੂੰ ਵੀ ਕੱਲ੍ਹ ਨੂੰ ਮੈਰਿਜ ਕਰਾ ਰਹੇ ਨੇ, ਵੀ ਖੁਸ਼ਹਾਲੀ ਆਊ ਪੰਜਾਬ 'ਚ, ਠੀਕ ਆ, ਅਤੇ ਮੈਂ ਬਹੁਤ ਖੁਸ਼ੀ ਮੰਨਦਾ, ਵਧਾਈ ਦੇ ਰਿਹਾ। ਕਿੰਨੀ ਕੁ ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਯਾਰ, ਠੀਕ ਆ, ਵਧਾਈ ਦੇ ਰਿਹਾ ਮੈਂ ਕੱਦੂ ਕਰਕੇ ਤੁਹਾਡੇ ਸਾਹਮਣੇ, ਵਧਾਈ ਦੇ ਰਿਹਾ ਬਾਈ।